ਵੀਰ ਵੀਰ ਦਵਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੀਰ ਅਮਰਦੀਪ ਸਿੰਘ ਜੀ ਦੀ ਹੈ ਇਹ ਲਿਖਦੇ ਹਨ ਡਾਕਟਰ ਸਾਹਿਬ ਗੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਦਾ ਮੇਰੀਆਂ ਈਮੇਲਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਕੇ ਉਹਨਾਂ ਦਾ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਮੈਂ ਬੀਟੈਕ ਦਾ ਸਟੂਡੈਂਟ ਹਾਂ ਤੇ ਸਿੱਖੀਜ਼ਮ ਤੇ ਲੈਕਚਰ ਵੀ ਕਰਦਾ ਹਾਂ ਗੁਰਨਾਨ ਸਿੰਘ ਸਾਹਿਬ ਜੀ ਦੇ ਗੁਰਪੁਰਪਤੇ ਮੇਰਾ 1 ਘੰਟੇ ਦਾ ਲੈਕਚਰ ਸੀ ਇੱਕ ਗੁਰਦੁਆਰਾ ਸਾਹਿਬ ਵਿੱਚ ਮੈਂ ਜਦੋਂ ਇਹ ਲੈਕਚਰ ਕਰ ਰਿਹਾ ਸੀ ਤਾਂ ਗੁਰੂ ਨਾਨਕ ਪਾਸ਼ਾ ਵੱਲੋਂ ਉਪਦੇਸ਼ ਕੇਸ ਕਤਲ ਨਹੀਂ ਕਰਨ ਦੀ ਵੀ ਗੱਲ ਕੀਤੀ ਅਤੇ ਜੜੇ ਉਹਨਾਂ ਨੇ ਕਰਮ ਕਾਂਡ ਕਰਨ ਤੋਂ ਰੋਕਿਆ ਸੀ ਉਹਨਾਂ ਦੀ ਵੀ ਗੱਲ ਕੀਤੀ ਇਹ ਵੀ ਕਿਹਾ ਕਿ ਕੌਮ ਦੀਆਂ ਬੀਬੀਆਂ ਕੌਮ ਨੂੰ ਬਚਾ ਜਾਂ ਉਜਾੜ ਸਕਦੀਆਂ ਹਨ ਪਰ ਅੱਜ ਬੀਬੀਆਂ ਕੇਸ ਕਤਲ ਕਰਵਾ ਰਹੀਆਂ ਨੇ ਉੱਥੇ ਸੰਗਤ ਵਿੱਚ ਇੱਕ ਮੇਜਰ ਸਾਹਿਬ ਮੇਜਰ ਸੰਦੀਪ ਸਿੰਘ ਇੰਡੀਅਨ ਆਰਮੀ ਵੀ ਬੈਠਾ ਸੀ ਜੋ ਵੈਸੇ ਤਾਂ ਸਿੱਖ ਫੈਮਿਲੀ ਚੋਂ ਹੈ ਪਰ ਉਹਦਾ ਮੂਨਾ ਹੈ ਜਦ ਮੈਂ ਲੈਕਚਰ ਕਰਕੇ ਹਟਿਆ ਤਾਂ ਮੈਨੂੰ ਕਹਿੰਦਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੈਂ ਕਿਹਾ ਦੱਸੋ ਉਹ ਕਹਿੰਦਾ ਕਿਸ ਨਾਲ ਹੀ ਕਿਵੇਂ ਸਿੱਧ ਹੁੰਦਾ ਹੈ ਕਿ ਬੰਦਾ ਸਿੱਖ ਹੈ ਤੇ ਮੋਨੇ ਦਾ ਰੱਬ ਨਾਲ ਕੋਈ ਪਿਆਰ ਨਹੀਂ ਹੈ ਬੀਬੀਆਂ ਨੂੰ ਗਲਤ ਕਿਉਂ ਕਹਿੰਦੇ ਹੋ ਮੈਂ ਕਿਹਾ ਕੇਸ ਗੁਰੂ ਦਾ ਹੁਕਮ ਤੇ ਪਿਆਰ ਹੈ ਬੀਬੀਆਂ ਕਿਸੇ ਵੀ ਕੌਮ ਦੀ ਰੀਟ ਦੀ ਹੱਡੀ ਨਹੀਂ ਪਰ ਉਹ ਮੰਨਿਆ ਨਹੀਂ ਤੇ ਮੈਨੂੰ ਗਲਤ ਬੋਲਦਾ ਬੋਲਦਾ ਸੰਤ ਜਰਨੈਲ ਸਿੰਘ ਨੂੰ ਵੀ ਗਲਤ ਬੋਲਣ ਲੱਗ ਪਿਆ ਬਹੁਤ ਗਲਤ ਬੋਲਿਆ ਜੇ ਮੈਂ ਲਿਖਿਆ ਤਾਂ ਆਪਾਂ ਟਾਈਮ ਵੇਸਟ ਕਰਾਂਗੇ ਜਦੋਂ ਉਸਨੇ ਕਿਹਾ ਕਿ ਉਹ ਵੀ ਤੁਹਾਡੇ ਵਾਂਗ ਹੀ ਸੀ ਤੇ ਟੈਰਰਿਸਟ ਬਣ ਗਿਆ ਤਾਂ ਮੈਂ ਕਿਹਾ ਕਿ ਤੁਹਾਡਾ ਕੁਲਦੀਪ ਰਾੜ ਹੀ ਲਿਖਦਾ ਹੈ ਕਿ ਸੰਤਾ ਨੂੰ ਇੰਡੀਅਨ ਗਵਰਨਮੈਂਟ ਕਹਿੰਦੀ ਸੀ ਕਿ ਤੁਹਾਨੂੰ ਸੀਐਮ ਬਣਾ ਦਿੰਦੇ ਹਾਂ ਕਈ ਮਿਲੀਅਨ ਅਮਰੀਕਨ ਡਾਲਰ ਦਿੰਦੇ ਹਾਂ ਪਰ ਆਪਣੀ ਗੱਲ ਛੱਡ ਦਿਓ ਟਰੂ ਸਟੋਰੀ ਆਫ 1984 ਵਿੱਚ ਜੋ ਮੈਂ ਕਿਹਾ ਇੱਕ ਟੈਰਰਿਸਟ ਨੂੰ ਸੀਐਮ ਕਿਉਂ ਬਣਾਇਆ ਜਾ ਰਿਹਾ ਸੀ ਤਾਂ ਕਹਿਣ ਲੱਗਾ ਕਿ ਉਹ ਆਂਦਾ ਨਿੱਜੀ ਵਿਚਾਰ ਹੋ ਸਕਦਾ ਹੈ ਇੰਡੀਅਨ ਆਰਮੀ ਕਦੇ ਸ਼ਰਤਾਂ ਨਹੀਂ ਰੱਖਦੀ ਮੈਨੂੰ ਕਹਿੰਦਾ ਸਵਾਮੀ ਵਿਵੇਕਾਨੰਦ ਨੂੰ ਸੁਣਿਆ ਕਰੋ ਤਾਂ ਕਿ ਪਤਾ ਲੱਗੇ ਕਿ ਵੇਦ ਕੀ ਨੇ ਕਿਉਂਕਿ ਮੈਂ ਇਹ ਵੀ ਲੈਕਚਰ ਵਿੱਚ ਕਿਹਾ ਸੀ ਕਿ ਜਿਹੜੇ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵੇਦਾਂ ਦਾ ਸਾਰ ਹੈ ਉਹ ਪਹਿਲਾਂ ਵੇਦ ਪੜ੍ਹ ਲੈਣ ਜਿਨ੍ਹਾਂ ਵਿੱਚ ਕਰਮ ਕਾਂਡ ਜਾਦੂ ਬਲੀਆਂ ਤੇ ਦੇਵਤਿਆਂ ਦੀ ਉਸਤਤ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤੋਂ ਉਲਟ ਹੈ ਜਿਵੇਂ ਦੇਵਤਿਆਂ ਬਾਰੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹੋਮੇਕਾਰ ਕਮਾਈ ਕਰਮ ਕਾਂਡ ਬਾਰੇ ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜਮ ਜਾਗ ਜਾਗਾਤੀ ਲੂਟੇ ਉਹ ਫੌਜੀ ਅਫਸਰ ਇੰਦਰਾ ਦੀ ਉਸਤਤ ਕਰਦਾ ਸੀ ਤੇ ਮੈਂ ਬੈਸ ਬੈਸ ਖਤਮ ਕਰਦਿਆਂ ਕਿਹਾ ਕਿ ਤੂੰ ਮੈਨੂੰ ਨਹੀਂ ਬਦਲ ਸਕਦਾ ਤੇ ਮੈਂ ਤੈਨੂੰ ਨਹੀਂ ਬਦਲ ਸਕਦਾ ਡਾਕਟਰ ਸਾਹਿਬ ਜਿਹੜੇ ਸਾਡੇ ਇਦਾਂ ਦੇ ਪੜੇ ਲਿਖੇ ਲੋਕ ਨਹੀਂ ਉਹਨਾਂ ਦਾ ਸਿੱਖੀ ਤੇ ਸਿੱਖੀ ਤੇ ਜ਼ਿਆਦਾ ਪ੍ਰਭਾਵ ਤੇ ਇਹ ਗਲਤ ਨੇ ਉਹਨਾਂ ਦੀ ਸੋਚ ਗਲਤ ਹੈ ਤੇ ਹੋਰਾਂ ਨੂੰ ਵੀ ਆਪਣੇ ਔਦੇ ਕਰਕੇ ਪ੍ਰਭਾਵਿਤ ਕਰ ਲੈਂਦੇ ਨੇ ਸਿਸਟਮ ਕਿਵੇਂ ਠੀਕ ਹੋਵੇਗਾ ਜੀ ਸਿਸਟਮ ਤਾਂ ਬਾਅਦ ਚ ਪਹਿਲਾਂ ਤਾਂ ਸਾਡੇ ਪੜ੍ਹੇ ਲਿਖੇ ਲੋਕਾਂ ਦੀ ਹੀ ਕਮੀ ਹੈ ਦੇਸ਼ ਭਗਤੀ ਸਿਰ ਚੜੀ ਹੋਈ ਹੈ ਡਾਕਟਰ ਸਾਹਿਬ ਇਹਨਾਂ ਦੇਸ਼ ਭਗਤਾ ਨੂੰ ਕਿਵੇਂ ਸਮਝਾਇਆ ਜਾਵੇ ਜੀ ਜੀ ਡਾਕਟਰ ਸਾਹਿਬ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਆਪ ਇਹ ਸੁਝਾਏ ਵੀਰ ਨੇ ਜਿਵੇਂ ਇਹਨਾਂ ਨੇ ਕਿਹਾ ਹੈ ਬੀ ਟੈਕ ਦੇ ਵਿਦਿਆਰਥੀ ਨੇ ਪੰਥ ਦੇ ਸਿੱਖੀ ਦੇ ਲੈਕਚਰਾਰ ਵੀ ਨੇ ਜੀ ਜੀ ਉਹਨਾਂ ਨੇ ਕਿਹਾ ਵੀ ਘੰਟੇ ਦਾ ਲੈਕਚਰ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਦੇਣ ਲਈ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਜੀ ਔਰ ਉਸ ਦੀਵਾਨ ਦੇ ਵਿੱਚ ਕਿਸੇ ਫੌਜੀ ਮੇਜਰ ਨੇ ਬਾਅਦ ਵਿੱਚ ਉਹਨਾਂ ਤੇ ਇਤਰਾਜ਼ ਕੀਤਾ ਜੀ ਔਰ ਉਸ ਨੇ ਆਪਣੀ ਦੇਸ਼ ਭਗਤੀ ਦਾ ਮਜ਼ਹਰਾ ਕਰਦੇ ਇੰਦਰਾ ਗਾਂਧੀ ਨੂੰ ਸਲਾਹਿਆ ਪਿੰਡਾ ਵਾਲਿਆਂ ਬਾਰੇ ਗਲਤ ਬਦਖਲਾਮੀ ਕੀਤੀ ਜੀ ਔਰ इवन ਉਸਨੇ ਆਪਣੇ ਆਪ ਨੂੰ ਜਿਹੜਾ ਕਿ ਆਪ ਕੇਸਾਂ ਤੋਂ ਬਿਨਾ ਸੀ ਇਹ ਵੀ ਜਸਟੀਫਾਈ ਕੀਤਾ ਕਿ ਕੇਸਾਂ ਦਾ ਕੀ ਸੰਬੰਧ ਹੈ ਅਧਿਆਤਮ ਦੇ ਨਾਲ ਜੀ ਔਰ ਉਹਨਾਂ ਨੇ ਕਿਉਂਕਿ ਇਹਨਾਂ ਨੇ ਵੀਰ ਨੇ ਜ਼ਰੂਰ ਕਿਹਾ ਹੋਵੇਗਾ ਕਿ ਭਾਈ ਕੇਸ ਤਾਂ ਸਿੰਘ ਹੋਣ ਸਿੰਘਣੀਆਂ ਹੋਣ ਸਾਰਿਆਂ ਦੇ ਲਈ ਹੀ ਜਿਹੜਾ ਗੁਰੂ ਦੀ ਮੋਹਰ ਨੇ ਤੇ ਉਸਨੇ ਇਹ ਬੀਬੀਆਂ ਦੇ ਈਸ਼ੂ ਨੂੰ ਵੀ ਉਠਾਇਆ ਔਰ ਖੀਰ ਚ ਜਿਹੜਾ ਅਮਰਦੀਪ ਸਿੰਘ ਜੀ ਨੇ ਜਿੱਥੇ ਗੁਰਬਾਣੀ ਦੀ ਕੋਟ ਬੇਸ਼ੱਕੋ ਕਰਮकांड ਹੋਣ ਜਾਂ ਜੰਤਰ ਮੰਤਰ ਤੰਤਰ ਹੋਏ ਕਿ ਜਦੋਂ ਉਹਨੇ ਇਹ ਵੀ ਕਿਹਾ ਕਿ ਜੀ ਵਿਵੇਕਾਨੰਦ ਨੂੰ ਪੜੋ ਸੋ ਜ਼ਾਹਰ ਹੈ ਵੀ ਉਹ ਹਿੰਦੂ ਵੇਦਾਂ ਦੇ ਇਨਫਲੂਐਂਸ ਥੱਲੇ ਵੀ ਹੋਏਗਾ ਉਹ ਫੌਜੀ ਮੇਜਰ ਜੀ ਔਰ ਉਹਨਾਂ ਨੇ ਇਹੀ ਪੁੱਛਿਆ ਅਖੀਰ ਦੇ ਵਿੱਚ ਕਿ ਵੀ ਇਦਾਂ ਦੇ ਜਿਹੜੇ ਪੜੇ ਲਿਖੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਅਹੁਦੇ ਦਾ ਵੀ ਪ੍ਰਭਾਵ ਹੈ ਜਦੋਂ ਹੁਣ ਮੇਜਰ ਸਾਹਿਬ ਮੇਜਰ ਸਾਹਿਬ ਹੋ ਰਹੀ ਹੋਏ ਚਾਰੇ ਪਾਸੇ ਜੀ ਜੀ ਤੇ ਫਿਰ ਇਹ ਨਹੀਂ ਹੁੰਦਾ ਵੀ ਗੱਲ ਕੀ ਕੋਈ ਕਹਿ ਰਿਹਾ ਸਾਡੇ ਕਲਚਰ ਚ ਜਿੱਥੇ ਕਿ ਕੁਰਸੀ ਨੂੰ ਸਲਾਮਾ ਨੇ ਆਵੇਂ ਕਹਿਣਗੇ ਜੀ ਕੁਰਸੀ ਨੂੰ ਸਲਾਮਾ ਜੀ ਸੋ ਉਹਦੇ ਚ ਅਹੁਦੇ ਦੀ ਗੱਲ ਹੁੰਦੀ ਹੈ ਜੀ ਮੇਜਰ ਸਾਹਿਬ ਕਹਿ ਰਹੇ ਨੇ ਸੋ ਇਸ ਕਿਸਮ ਦੇ ਹੋਰ ਵੀ ਕਈ ਸਾਹਿਬ ਨੇ ਜੀ ਸੋ ਉਹਨਾਂ ਦਾ ਇਹ ਸਵਾਲ ਹੈ ਵੀ ਇਹਨਾਂ ਨੂੰ ਕਿਵੇਂ ਸਮਝਾਇਆ ਜਾਏ ਦੇਸ਼ ਭਗਤੀ ਦਾ ਜਨੂਨ ਇਹਨਾਂ ਦਾ ਕਿਵੇਂ ਨਿਕਲੇ ਜੀ ਅ ਦੇਖੋ ਵੀਰ ਅਮਰਦੀਪ ਸਿੰਘ ਜੀ ਤੁਸੀਂ ਆਪ ਸੁਲਝੇ ਹੋਏ ਹੋ ਮੈਂ ਤੁਹਾਨੂੰ ਬਹੁਤਾ ਕੁਛ ਕੀ ਕਹਿ ਸਕਦਾ ਜੀ ਅ ਦੋ ਤਿੰਨ ਗੱਲਾਂ ਨੇ ਇੱਕ ਜਿਹੜੀ ਤੁਹਾਡੀ ਇਸ ਲਿਖਤ ਚ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਹੈ ਕਿ ਇਹ ਜਿਹੜਾ ਪਿੰਡਾਂ ਵਾਲਿਆਂ ਨੂੰ ਬਰਾੜ ਦੇ ਨਾਮ ਦੇ ਉੱਤੇ ਕਿਤਾਬ ਕੋਈ ਛਪੀ ਕਹੇ ਕਿ ਕਿ ਉਹਨਾਂ ਨੂੰ ਸੀਐਮ ਬਣਾਉਣ ਦੀ ਪੇਸ਼ਕਸ਼ ਕੀਤੀ ਜਾਂ ਅਮਰੀਕੀ ਡਾਲਰ ਦੇਣ ਦੀ ਕੀਤੀ ਜੀ ਇਹ ਗੱਲ ਬਾਤ ਸਾਹਮਣੇ ਆਈ ਹੈ ਵੀ ਇਹ ਕਿਤਾਬ ਉਹਨੇ ਕੋਈ ਨਹੀਂ ਲਿਖੀ ਹੈ ਅ ओरिजिनल ਜਿਹੜੀ ਸੀ ਉਹ ਦੀ ਉਹ ਤਾਂ ਹੈ ਨਹੀਂ ਸੀ ਉਹ ਤਾਂ ਹੈ ਹੀ ਏਜੰਸੀਆਂ ਦਾ ਰਾਈਟ ਅਪ ਸੀ ਇਹ ਬਾਅਦ ਦੇ ਵਿੱਚ ਉਹਦੀ ਪੰਜਾਬੀ ਵਰਸ਼ਨ ਟੂ ਸਟੋਰੀ ਦੇ ਨਾਂ ਥੱਲੇ ਕਿਸੇ ਨੇ ਕੀਤਾ ਔਰ ਮੈਂ ਸਗੋਂ ਇਹਨੂੰ ਜੋਕਿੰਗਲੀ ਕਿਹਾ ਵੀ ਹੁਣ ਤੱਕ ਤਾਂ ਇੰਡੀਅਨ ਇੰਟੈਲੀਜੈਂਸ ਵਾਲੇ ਜਿਹੜੇ ਨੇ ਉਹ ਸਾਡੇ ਜਾਲੀ ਨਾਂ ਲਿਖ ਕੇ ਵਿੱਚ ਵੜ ਜਾਂਦੇ ਨੇ ਇਹ ਕਿਸੇ ਸਿੰਘ ਨੇ ਕਿਹਾ ਵੀ ਆਹ ਲੋ ਪਹਿਲਾਂ ਹੁਣ ਤੁਸੀਂ ਸਫਾਈਆਂ ਦਿਓ ਕਹੀ ਜਾਓ ਵੀ ਅਸੀਂ ਨਹੀਂ ਲਿਖੀ ਉਹ ਇੰਨੀ ਸਰਕੂਲੇਟ ਹੋਈ ਉਹਦੇ ਤੇ ਚਰਚਾ ਵੀ ਹੋਈ ਅਸੀਂ ਵੀ ਰੇਡੀਓ ਟਾਕ ਸ਼ੋਅਸ ਉਦੋਂ ਸੀ ਜ਼ਿਆਦਾ ਉਹਦੇ ਤੇ ਵੀ ਕਾਫੀ ਸਵਾਲ ਆਏ ਉਹਨਾਂ ਨੂੰ ਨੁਕੈ ਮੈਂ ਕਿਹਾ ਠੀਕ ਹੈ ਫॉर ਅ ਮਿਊਜ਼ਮੈਂਟ ਆ ਆਨੰਦ ਰਾਇਣ ਲਈ ਠੀਕ ਹੈ ਵੀ ਉਹਨੇ ਇਹ ਕਿਹਾ ਬਟ ਉਹ ਇਹ ਉਹਨੇ ਲਿਖਿਆ ਨਹੀਂ ਹੈਗਾ ਹਾਲਾਂਕਿ ਕਿਉਂਕਿ ਪਿੰਡਰਾਂ ਵਾਲਿਆਂ ਨੂੰ ਤਾਂ ਜਿਹੜੀ ਉਹਨਾਂ ਦੀ ਸਾਰੀ ਨੀਤੀ 82 ਤੋਂ ਲੈ ਕੇ ਸਰਕਾਰ ਦੀ ਸੀ ਜਿਸ ਤਰੀਕੇ ਨਾਲ ਫੌਜੀ ਸਾਰੀ ਉਹਨਾਂ ਦੀ ਟ੍ਰੇਨਿੰਗ ਔਰ ਕਮਾਂਡੋ ਔਰ ਆ इवन वेस्टर्न ਕਮਾਂਡ ਦੇ ਲੈਫਟ ਹੈਂਡ ਜਨਰਲ ਸਿਨਾ ਦਾ 82 ਤੋਂ ਹੀ ਐਸੀ ਕਬੀ ਇਹ ਟੈਂਕ ਵਰਤਣਾ ਚਾਹੁੰਦੇ ਸੀ ਜੀ ਸੋ ਉਹਨਾਂ ਦੇ ਲਈ ਜਿਹੜਾ ਇਸ ਕਿਸਮ ਦਾ ਜਿਹੜਾ ਪਾਰਟ ਹੈ ਉਹਨਾਂ ਨੇ ਇਹ ਵਰਤਣਾ ਹੀ ਸੀ ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਸੰਤ ਪਿੰਡਾਂ ਵਾਲੇ ਔਰ ਸਮੁੱਚੀ ਸੇ ਕੌਮ ਨੂੰ ਸਬਕ ਸਿਖਾਣਾ ਸੀ ਪਰ ਖੈਰ ਇਹ ਮੈਂ ਸਿਰਫ ਦਰੁਸਤੀ ਕੀਤੀ ਹੈ ਕਮੈਂਟ ਦੇ ਉੱਤੇ ਅ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਕਿਸਮ ਦੀ نسل ਜਾਂ ਕਲਾਸ ਨਾ ਪਹਿਲੀ ਹੈ ਦਨਾਈ ਅਖੀਰਲੀ ਹੋਣੀ ਜੀ اور ਈਵਨ ਕੁਝ ਇਤਿਹਾਸਕ ਹਵਾਲਿਆਂ 'ਚ ਅਸੀਂ ਇਹ ਵੀ ਦੇਖਦੇ ਆਂ ਕਿ ਜਦੋਂ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹਲ ਦਿੱਤੀ ਉਦੋਂ ਵੀ ਕੁਝ ਜਿਹੜੇ ਸਿੱਖ ਸਨ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਤਾਂ ਜਿਹੜੀ ਪੁਰਾਤਨ ਚਰਨ ਪਹਲ ਦੀ ਰੀਤ ਹੈ ਉਹੀ ਰੱਖਾਂਗੇ ਸਾਨੂੰ ਇਹ ਮਨਜ਼ੂਰ ਨਹੀਂ ਹੈ ਸਿੱਖੰਡਾ ਬਾਟੇ ਦੀ ਇਹ ਅਮਰਤ ਨਹੀਂ ਲੈਣਾ ਅਸੀਂ ਉਹ ਪੁਰਾਤਨ ਤਰੀਕਾ ਹੀ ਰੱਖਣਾ ਸੋ ਮੈਂ ਸਮਝਦਾ ਵੀ ਭਾਵੇਂ ਉਹਨਾਂ ਨੂੰ ਬਾਅਦ ਸਹਿਜ ਤਾਰੀਕ ਕਹਿ ਲਓ ਕੋਈ ਹੌਲੀ-ਹੌਲੀ ਵਾਲੇ ਆ ਗਏ ਕੋਈ ਤੇਜ਼ੀ ਵਾਲੇ ਆ ਗਏ ਪਰ ਕੁੱਲ ਮਿਲਾ ਕੇ ਇੱਕ ਕਲਾਸ ਇਹਦੇ ਵਿੱਚ ਦੋ ਸ਼੍ਰੀਣੀਆਂ ਨੇ ਇੱਕ ਤਾਂ ਉਹ ਨੇ ਜਿਹੜੀਆਂ ਜਿਹੜੇ ਥੋੜੇ ਕਮਜ਼ੋਰ ਨੇ ਜੀ ਪਰ ਉਹਨਾਂ ਦੀ ਚਾਹ ਨੇ ਵੀ ਅਸੀਂ ਇਸ ਸਟੈਪ ਤੇ ਆਈਏ ਗੁਰੂ ਦੀ ਬਖਸ਼ਿਸ਼ ਨਾਲ ਜਦੋਂ ਅਸੀਂ ਇਸ ਯੋਗ ਹੋਈਏ ਗੁਰੂ ਸਾਨੂੰ ਕਰਨ ਅਸੀਂ ਅੰਮ੍ਰਿਤ ਦੀ ਦਾਤ ਲਈਏ ਆਪਣੇ ਬੱਚੇ ਬੱਚੀਆਂ ਨੂੰ ਇਸ ਪਾਸੇ ਵੱਲ ਤੋਰੀਏ ਸੋ ਉਹਨਾਂ ਨਾਲ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਤਾਂ ਐਨਕਰਾਜ ਕਰਨਾ ਚਾਹੀਦਾ ਹੈ ਉਹਨਾਂ ਦੇ ਨਾਲ ਸਾਨੂੰ ਬਿਲਕੁਲ ਜਿਹੜਾ ਪ੍ਰਾਤਰੀ ਪਾਪ ਦੇ ਨਾਲ ਹੀ ਉਹਨਾਂ ਦੇ ਨਾਲ ਵਰਤਾਰਾ ਹੋਣਾ ਚਾਹੀਦਾ ਇੱਕ ਇੱਕ ਕਲਾਸ ਹੈ ਜਿਹੜੀ ਅੰਗਰੇਜ਼ਾਂ ਦੇ ਵੇਲੇ ਵੀ ਉਦੋਂ ਅੰਗਰੇਜ਼ ਬਹਾਦਰ ਸੀ ਉਦੋਂ ਉਹਨਾਂ ਨੂੰ ਜਿਹੜੇ ਆਜ਼ਾਦੀ ਦੀ ਗੱਲ ਕਰਨ ਵਾਲੇ ਸੀ ਉਹ ਚੰਗੇ ਨਹੀਂ ਸੀ ਲੱਗਦੇ ਹੁਣੇ ਕਹੀ ਜਾਓ ਜੀ ਆਜ਼ਾਦ ਹਿੰਦ ਫੌਜ ਆ ਗਈ ਜਾਂ ਦੂਜਾ ਉਹ ਤਾਂ ਉਹ ਸੀ ਜਿਹੜੇ ਜਾਪਾਨੀਆਂ ਦੀ ਕੈਦ ਚ ਗਏ ਉਹਦੇ ਚੋਂ ਹੀ ਕੱਢ ਕੇ ਜਨਰਲ ਮੋਹਨ ਸਿੰਘ ਨੇ ਜਾਂ ਸੁਭਾਸ਼ ਚਦਰਬੋਸ ਨੇ ਆਜ਼ਾਦ ਹਿੰਦ ਫੌਜ ਬਣਾਈ ਜੀ ਸੋ ਜਿਹੜੇ ਉਦੋਂ ਅੰਗਰੇਜ਼ਾਂ ਦੇ ਯੂਨੀਅਨ ਜੈਕ ਦੇ ਲਈ ਵੀ ਤਾਂ ਸਲੂਟ ਮਾਰਦੇ ਸੀ ਉਹਨਾਂ ਲਈ ਲੜਦੇ ਸੀ ਆਪਣੇ ਦੇ ਉੱਤੇ ਵੀ ਗੋਲੀਆਂ ਚਲਾਉਂਦੇ ਸੀ ਜੀ ਸੋ ਇਸ ਕਿਸਮ ਦੀ ਹੈ ਕਲਾਸ ਹੈ ਜਿਨ੍ਹਾਂ ਦੀ ਟ੍ਰੇਨਿੰਗ ਹੀ ਇਸ ਕਿਸਮ ਦੀ ਹੋਈ ਹੋਈ ਹੈ ਕਿ ਤਿਰੰਗੇ ਨੂੰ ਸਲੂਟ ਮਾਰਨੇ ਆ ਬਾਅਦ ਦੇ ਵਿੱਚ ਪੈਨਸ਼ਨ ਲੈਣੀ ਹੈ ਤਿਰੰਗੇ ਵਾਲਿਆਂ ਤੋਂ ਹਾਂਜੀ ਉਹ ਡੀਗਣਦੇ ਰਹਿੰਦੇ ਨੇ ਪੈਨਸ਼ਨ ਕਿੰਨੀ ਵਧੇਗੀ ਕਿਹੜੀ ਸਕੀਮ ਨਾਲ ਕਿੱਥੇ ਕੀ ਜਾਏਗੋ ਸੋ ਉਹਨਾਂ ਤੋਂ ਇਹ ਆਸ ਕਰਨੀ ਕਿ ਉਹ ਸਿੱਖੀ ਤਤ ਦੀ ਗੱਲ ਕਰਨ ਖਾਸतौर ਤੇ ਅਫਸਰ ਕਲਾਸ ਅਜੇ ਤੁਹਾਨੂੰ ਲੋਅਰ ਰੈਂਕਸ ਦੇ ਵਿੱਚ ਅਦਰ ਰੈਂਕਸ ਜਿਨ੍ਹਾਂ ਨੂੰ ਕਹਿੰਦੇ ਨੇ ਵਾਰ ਸੂਬੇਦਾਰ ਹਵਾਲਦਾਰ ਦੂਜੇ ਉਹਨਾਂ ਚ ਸਿੱਖੀ ਫੌਜੀ ਉਹਨਾਂ ਨੂੰ ਤੁਹਾਨੂੰ ਸਿੱਖੀ ਵਿਸ਼ਵਾਸਾਂ ਵਾਲੇ ਮੰਨ ਲਗੇ ਕਿਉਂਕਿ ਉਹਨਾਂ ਨੇ ਗੋਲੀ ਨੂੰ ਫੇਸ ਕੀਤਾ ਹੁੰਦਾ ਉਹ ਸਭ ਤੋਂ ਜਿਹੜਾ ਹਰ ਡਿਫਿਕਲਟ ਸਿਚੁਏਸ਼ਨ ਹੁੰਦੇ ਨੇ ਔਰ ਇਹੀ ਕਾਰਨ ਹੈ ਕਿ ਈਵਨ ਜੂਨ 84 ਦੇ ਘੱਲੂਕਾਰੇ ਵੇਲੇ ਵੀ ਜਿਹੜੀ ਸਭ ਤੋਂ ਜ਼ਿਆਦਾ ਬਗਾਵਤ ਕੀਤੀ ਉਹ ਉਸ ਕਲਾਸ ਨੇ ਕੀਤੀ ਕਿੰਨੇ ਫੌਜੀ ਅਫਸਰ ਨਾਲ ਆਏ ਕਿੰਨੇ ਮੇਜਰ ਕਰਨਲ ਬ੍ਰਿਗੇਡੀਅਰ ਨਾਲ ਤੋਰੇ ਜੀ ਸੋ ਇਹੋ ਹੀ ਸੀ ਜਿਹੜੇ ਸਧਾਰਨ ਗੁਰਸਿੱਖਿਓ ਨੂੰ ਪਿਆਰ ਕਰਨ ਵਾਲੇ ਸੀ ਸੋ ਅਸੀਂ ਸਮਝਦੇ ਆ ਵੀ ਇਹਨਾਂ ਨੂੰ ਤੁਸੀਂ ਸਮਝਾਤਾ ਕੀ ਸਕਦੇ ਹੋ ਜੇ ਹੁਣ ਉਹਨੂੰ ਵਿਵੇਕਾਨੰਦ ਚੰਗਾ ਲੱਗਦਾ ਹੈ ਵੇਦ ਉਹ ਕਹਿੰਦਾ ਵੀ ਗੁਰਬਾਣੀ ਸਾਰ ਹੈ ਗੁਰੂ ਗ੍ਰੰਥ ਸਾਹਿਬ ਵੇਦਾਂ ਦਾ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇੱਕ ਪਾਸੇ ਕਰਮਕਾਂਡ ਹੈ ਉਹਨ ਵੇਦ ਰਿਗ ਵੇਦ ਤੋਂ ਤੁਸੀਂ ਸ਼ੁਰੂ ਕਰ ਲਓ ਉਹਦੇ ਚ ਇਹੀ ਹੈ ਕਿ ਬਲੀ ਕਿਵੇਂ ਦੇਣੀ ਹੈ ਬਲੀ ਦੇਣ ਦੇ ਚ ਕਿਹੜੇ ਕਿਹੜੇ ਮੰਤਰ ਉਚਾਰਨੇ ਨੇ ਯੱਗ ਕਿਵੇਂ ਕਰਨਾ ਹੈ ਯੱਗ ਜਿਹਨੂੰ ਹਵਨ ਕਹਿੰਦੇ ਨੇ ਜੀ ਯਾਨੀ ਉਹਦੇ ਚ ਫਲ ਦક્ષਨਾ ਕੀ ਦੇਣੇ ਹੈ ਉਸ ਦੇ ਵਿੱਚ ਦਾਨ ਦੇਣ ਦੇ ਕੀ ਤਰੀਕੇ ਨੇ ਕਿਹੜੀ ਚੀਜ਼ ਦਾ ਕਿਹੜੇ ਦੇਵਤੇ ਦਾ ਸੂਰਜ ਦਾ ਕਿਹੜਾ ਮੰਤਰ ਹੈ ਫਰਾਣੇ ਦਾ ਕਿਹੜਾ ਮੰਤਰ ਹੈ ਹਰ ਚੀਜ਼ ਦੇਵਤਾ ਹਰ ਦੇਵਤੇ ਦਾ ਮੰਤਰ ਹੈ ਜੀ ਸੱਪ ਦਾ ਵੀ ਮੰਤਰ ਹੈ ਹੁਣ ਤੁਸੀਂ ਸੱਪਾਂ ਨੂੰ ਦੁੱਧ ਪਿਆਓ ਕਹੋ ਜੀ ਇਹ ਗੁੱਗੇ ਦੀ ਜਾ ਕੇ ਉੱਥੇ ਮੱਟੀ ਪੱਟੀ ਜਾਂਦੇ ਆ ਆਪਣੀ ਮਿੱਟੀ ਪੱਟੀ ਹੁੰਦੀ ਆ ਉਹਨਾਂ ਨੇ ਕਿ ਜੀ ਇਹ ਗੁੱਗੇ ਦੀ ਮਿੱਟੀ ਪੱਟਣ ਚੱਲੇ ਜੀ ਇਹ ਹੁਣ ਫਲਾਣਾ ਦਿਨ ਆ ਗਿਆ ਜੀ ਇਹ ਹੁਣ ਕਰਵਾ ਚੌਥ ਆ ਗਿਆ ਜੀ ਇਹ ਹੁਣ ਪੁਰਾਣਾ ਆ ਗਿਆ ਜੀ ਇਹੀ ਕੰਮਾਂ ਤੇ ਲਾਇਆ ਹੋਇਆ ਉਹਨਾਂ ਨੇ ਇਹੀ ਕੁਝ ਉਹਨਾਂ ਚੋਂ ਨਿਕਲਿਆ ਵੇਦਾਂ ਚੋਂ ਨਿਕਲਿਆ ਪੁਰਾਣਾ ਨੇ ਅੱਗੋਂ ਉਸ ਦਾ ਹੋਰ ਵੀ ਹੁਲੀਆ ਵਗਾੜਦਾ ਜੀ ਸੋ ਮੈਂ ਸਮਝਦਾ ਵੀ ਇਹਨਾਂ ਦਾ ਜੁਵੇ ਇਹਨਾਂ ਨੇ ਠੀਕ ਲਾਈਨ ਲਈ ਸਾਡਾ ਮੈਸੇਜ ਤਾਂ ਆਮ ਸੰਗਤ ਲਈ ਹੈ ਉਹਦੇ ਜੇ ਇੱਕ ਦੋ ਇਸ ਕਿਸਮ ਦੇ ਜਿਹਨਾਂ ਨੂੰ ਇਹ ਵੈਸਟ ਵਾਲੇ ਨਟ ਕਹਿੰਦੇ ਨੇ ਇਹ ਨਟ ਤਾਂ ਨਹੀਂ ਕਰੈਕ ਹੁੰਦੇ ਇਹਨਾਂ ਦਾ ਤਾਂ ਆਪ ਹੀ ਕਿਤੇ ਸਿਰਸੁਰ ਭੱਜੇ ਇਹਨਾਂ ਦਾ ਕਿਤੇ ਕੋਈ ਬਿਮਾਰੀ ਚੰਬੜ ਜਾਏ ਕੋ ਹੋਰ ਹੋ ਜਾਏ ਕੋਈ ਉ ਖੜਾ ਕਰਕੇ ਚਾਰ 76 ਮਾਰ ਦੇ ਜੀ ਫਿਰ ਸ਼ਾਇਦ ਜਿਹੜਾ ਹਿੱਲਿਆ ਦਿਮਾਗ ਹੈ ਫੌਜਪਰਤੀ ਹੋਣ ਲੱਗਾ ਜਿਹੜਾ ਉਹ ਸ਼ਾਇਦ ਵਾਪਸ ਟਿਕਾਣੇ ਆ ਗਏ ਨਹੀਂ ਤਾਂ ਤੁਸੀਂ ਇਸ ਕਲਾਸ ਦੇ ਨਾਲ ਤਾਂ ਇਹ ਹੀ ਹੈ ਕਿ ਵੀ ਜਿਹਨੂੰ ਗੁਰੂ ਸਾਹਿਬ ਨੇ ਸਾਨੂੰ ਜਿਹਦੀ ਹਦਾਇਤ ਕੀਤੀ ਹੋਈ ਹੈ ਕਿ ਜਥੇ ਬੋਲਣ ਹਾਰੀ ਹੈ ਤਥੇ ਚੰਗੀ ਚੁੱਪ ਔਰ ਬੈਸ ਜਿਹੜੀ ਆ ਉਹ ਕਿਸੇ ਨਤੀਜੇ ਤੇ ਨਹੀਂ ਲ ਜਾਂਦੀ ਜੀ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀਰ ਅਮਰਦੀਪ ਸਿੰਘ ਜੀ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ ਅੱਜ 25 ਨਵੰਬਰ 2013 10 ਮਗ ਨਾਨਕਸ਼ਹੀ ਸਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ ਸਿੱਖ ਹਿਸਟਰੀ ਦੇ ਹਵਾਲੇ ਨਾਲ 1888 ਦੇ ਵਿੱਚ ਆਰੀਆ ਸਮਾਜ ਜਿਹੜੇ ਪੰਜਾਬ ਦੇ ਵਿੱਚ ਦਿਆਨੰਦ ਦਾ ਝੰਡਾ ਚੁੱਕਿਆ ਸੀ ਉਹਨਾਂ 'ਚ ਕੁਝ ਸਿੱਖ ਵੀ ਸਨ ਰਾਦਰ ਲਾਹੌਰ ਆਰੀਆ ਸਮਾਜ ਚ ਔਰ ਉਸ ਵੈਸਟਵਾਰਡ ਅੱਧੋ-ਅੱਧ ਸਿੱਖ ਸਨ ਉਹ ਸਮਝਦੇ ਸੀ ਕਿ ਜਿਉਂਕਿ ਆਰੀਆ ਸਮਾਜ ਮੂਰਤੀ ਪੂਜਾ ਦੇ ਖਿਲਾਫ ਸੀ ਔਰਤਾਂ ਦੇ ਹੱਕਾਂ ਦੀ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਕਰਦਾ ਸੀ ਜੀ ਅੰਗਰੇਜ਼ਾਂ ਨੂੰ ਵੀ ਬਾਹਰ ਕੱਢਣ ਦਾ ਕੋਈ ਬਾਹਰ ਆਊਟ ਬਿਲਕੁਲ بلند ਨਾਰਾਤਾ ਨਹੀਂ ਸੀ ਉਹਨਾਂ ਦਾ ਪਰ ਵਿਚਾਰਧਾਰਾ ਜਿਹੜੀ ਐਨਟਾਈ ਬ੍ਰਿਟਿਸ਼ ਸੀ ਸੋ ਇਹ ਕੁਝ ਚੀਜ਼ਾਂ ਸਿੱਖਾਂ ਨੂੰ ਸੂਟ ਕਰਦੀਆਂ ਸੀ ਉਹਨਾਂ ਨੂੰ ਬਹੁਤਿਆਂ ਨੂੰ ਪਤਾ ਵੀ ਨਹੀਂ ਸੀ ਕਿ ਭਾਈ ਇਹਨਾਂ ਦੀ ਅਸਲੀ ਇੰਟੈਂਟ ਕੀ ਹੈ ਤੇ ਰੁੰਡਤ ਮੰਡਲ ਧਿਆਨੰਦ ਜਿਹੜਾ ਤੁਰਿਆ ਹੋਇਆ ਵੇਦਾਂ ਦਾ ਬਣ ਕੇ ਆਚਾਰੀਆ ਇਹਦੀ ਜ਼ਹਿਨियत ਕੀ ਹੈ ਜੀ ਸੋ ਉਸ ਤੋਂ ਕੁਝ ਸਮਾਂ ਪਹਿਲਾਂ ਜਦੋਂ ਉਹਦੀ ਪੁਸਤਕ ਸਤਿਆਰਥ ਪ੍ਰਕਾਸ਼ ਬਾਹਰ ਆਈ ਤਾਂ ਫਿਰ ਬਹੁਤਿਆਂ ਨੂੰ ਪਤਾ ਲੱਗ ਗਿਆ ਕੁਝ ਨੂੰ ਫਿਰ ਵੀ ਲੱਗਾ ਕਿ ਜੀ ਹੁਣ ਧਿਆਨੰਦ ਮੰਨ ਗਿਆ ਉਹ ਕਹਿੰਦਾ ਮੈਂ ਇਸ ਕਿਤਾਬ 'ਚ ਸੁਧਾਰ ਕਰ ਦਿਆਂਗਾ ਤੇ ਉਹਨਾਂ ਨੇ ਫਿਰ ਜਿਹੜਾ ਸੌਫਟਵੇਅਰ ਲਿਆ ਲੇਕਿਨ ਇਹ ਜੋ 1888 ਚਾਹ ਦੇ ਦਿਨ ਲਾਹੌਰ 'ਚ ਇਕੱਠ ਹੋਇਆ ਹੈ ਉਦੇ ਜਿਹੜੇ ਵੈਸਟ ਪੰਜਾਬ ਦੇ ਕੋਈ ਗੁਰਦਿਤ ਕੋ ਲਾਲਾ ਲੇਖਰਾਜ ਕੋਈ ਇਦਾਂ ਦੇ ਆਰੀਆ ਸਮਾਜੀਆਂ ਦੇ ਨਾਂ ਨੇ ਉਹਨਾਂ ਨੂੰ ਮੈਂ ਕ੍ਰੈਡੀਬਿਲਟੀ ਵੀ ਨਹੀਂ ਦੇਣਾ ਚਾਹੁੰਦਾ ਜੀ ਉਹਨਾਂ ਦੇ ਨਾਂ ਕੋਟ ਕਰਕੇ ਸੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਔਰ ਸਿੱਖ ਗੁਰੂ ਸਹਿਬਾਨ ਬਾਰੇ ਗੁਰਬਾਣੀ ਬਾਰੇ ਜਿਹੜਾ ਉਹਨਾਂ ਦਾ ਸੈਸ਼ਨ ਚੱਲ ਰਿਹਾ ਸੀ ਉਹ ਜਿਹੜਾ ਬੜਾ ਊਲ ਜਲੂਲ ਜਿਹੜਾ ਹੈ ਉਹਨਾਂ ਨੇ ਬੋਲੇ ਤੇ ਫਿਰ ਜਿਹੜੇ ਤਿੰਨ ਆਰੀਆ ਸਮਾਜ ਦੇ ਫਾਊਂਡਰਸ ਦੇ ਵਿੱਚੋਂ ਈਸ਼ਾਨ ਪਾਈ ਜਵਾਰ ਸਿੰਘ ਪਾਈ ਦਤ ਸਿੰਘ ਔਰ ਪਾਈ ਮਾਇਆ ਸਿੰਘ ਉਹਨਾਂ ਨੇ ਪ੍ਰੋਟੈਸਟ ਕੀਤਾ ਉਦੋਂ ਹੀ ਉਹਨਾਂ ਨੇ ਰਿਜ਼ਾਈਨ ਕੀਤਾ ਔਰ ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਕਿ ਬਾਨੀ ਸੀ ਸਿੰਘ ਸਭਾ ਲਹਿਰ ਦੇ ਉਹਨਾਂ ਨੂੰ ਜੁਆਇਨ ਕੀਤਾ ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਭਾਈ ਜਵਾਰ ਸਿੰਘ ਭਾਈ ਮਾਇਆ ਸਿੰਘ ਭਾਈ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਕਿਵੇਂ ਫਿਰ ਇਹਨਾਂ ਨੇ ਉਹ ਤਬਦੀਲੀ ਵੱਲ ਕਦਮ ਵਧਾਏ ਔਰ ਇਹਦੇ ਨਾਲ ਜਿਹੜਾ ਬਹੁਤ ਸਟਰੋਂਗ ਹੋਈ ਸਿੰਘ ਸਭਾ ਮੂਵਮੈਂਟ ਜੀ 1960 ਦੇ ਵਿੱਚ ਅੱਜ ਦੇ ਦਿਨ ਲਖਮਣ ਸਿੰਘ ਗਿੱਲ ਪੰਜਾਬ ਦਾ ਚੀਫ ਮਨਿਸਟਰ ਬਣਿਆ ਪੰਜਾਬੀ ਸੂਬਾ 1960 ਚ ਬਣਿਆ ਪਹਿਲੀ ਮਨਿਸਟਰੀ ਜਸਟਿਸ ਗੁਰਨਾਮ ਸਿੰਘ ਦੀ ਬਣੀ ਔਰ ਅਕਾਲੀਆਂ ਕੋਲ ਆਪ ਤਾਂ ਸਾਰੀਆਂ 26 ਸੀਟਾਂ ਸੀ 24 ਸੰਤ ਅਕਾਲੀ ਦਲ ਕੋਲ ਸੀ ਦੋ ਮਾਸਟਰ ਅਕਾਲੀ ਦਲ ਕੋਲ ਸੀ ਜਿਹਨਾਂ ਨੇ ਸੀਪੀਆਈ ਉਹ 4 5 6 ਜਾਂ ਸਤ ਅਜ਼ਾਦ ਜਿੱਤੇ ਸੀ ਪਿਆਰਾ ਰਾਮ ਧਨੋਵਾਲੀ ਜਲੰਧਰ ਚੌਣੀ ਤੋਂ ਰਜਿੰਦਰ ਸਿੰਘ ਸਪੈਰੋ ਸੀ ਜੀ ਸੀ ਪੀ ਆਈ ਸੀ ਪੀ ਆਈ ਅਮਦਾਵੀ ਸ਼ਾਇਦ 81 ਭਾਰਤੀ ਜਨ ਸੰਘ ਹੁੰਦਾ ਸੀ 6 7 ਸੀਟਾਂ ਉਹਨਾਂ ਦੀਆਂ ਸੀ ਸੋ ਇਹਨਾਂ ਨੇ ਕੁੱਲ ਮਿਲਾ ਕੇ ਜਸਟਿਸ ਗੁਰਨਾਮ ਸਿੰਘ ਪਹਿਲਾ ਚੀਫ ਮਿਨਿਸਟਰ ਬਣਿਆ 1904 ਤੋਂ ਬਾਅਦ ਪਹਿਲੀ ਜਿਹੜੀ ਪੰਜਾਬ ਚ وزارت ਬਣੀ ਜੀ ਹੁਣ ਜਦੋਂ ਪੰਜਾਬੀ ਲਾਗੂ ਕਰਨ ਦੀ ਗੱਲ ਆਈ ਕਿਉਂਕਿ ਸੂਬਾ ਤਾਂ ਇਸ ਲਈ ਬਣਿਆ ਸੀ ਕਿ ਪੰਜਾਬੀ ਜ਼ੁਬਾਨ ਦਾ ਸੂਬਾ ਹੈ ਤੇ ਜਨ ਸੰਘੀ ਜਿਹੜੇ ਨੇ ਉਹ ਅੜ ਗਏ ਉਹਨਾਂ ਨੇ ਸ਼ਰਾਰਤ ਸ਼ੁਰੂ ਕਰ ਦਿੱਤੀ 1969 ਚ ਤੱਕ ਪਹੁੰਚਦੇ ਆ ਤਾਂ ਹੋਰ ਵੀ ਸ਼ਰਾਰਤਾਂ ਉਹਨਾਂ ਨੇ ਕੀਤੀਆਂ ਜੀ ਫਿਰ ਇਸ ਗੱਲ ਦੇ ਉੱਤੇ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਸੀ ਅਕਾਲੀਆਂ ਦਾ ਬੜਾ ਵੀਕ ਜਿਹਾ ਜੱਜ ਸੀ ਕਮਜ਼ੋਰ ਕੋਈ ਨਾ ਘੜਸ ਦੇਣਾ ਦੂਜੇ ਤੇ ਲక్ష్మణ ਸਿੰਘ ਗੇਲ ਜਿਹੜਾ ਠੇਕੇਦਾਰ ਸੀ ਕਿਸੇ ਜ਼ਮਾਨੇ ਚ ਪੀਡਬਲਯੂਡੀ ਦਾ ਸੰਤ ਫਤਿਹ ਸਿੰਘ ਨੂੰ ਵੀ ਨਹੀਂ ਖੜਾ ਕੀਤਾ ਸੀ ਸੋ ਅਕਾਲੀਆਂ ਦੇ 24 ਐਮਐਲਏ ਚੋਂ 16-17 ਐਮਐਲਏ ਲੈ ਕੇ ਉਹਨੇ ਅਲੱਗ ਜਨਤਾ ਪਾਰਟੀ ਬਣਾ ਲਈ ਜਿੱਦਾਂ ਉਹਨਾਂ ਨੇ ਇਹ ਇਨਾਂ ਨੂੰ ਵਾਰਨਿੰਗ ਦਿੱਤੀ ਕਿ ਵੀ ਤੁਸੀਂ ਪੰਜਾਬੀ ਲਾਗੂ ਕਰੋ ਜਿਹਦੇ ਕਰਕੇ ਪੰਜਾਬੀ ਸੂਬਾ ਬਣਿਆ ਜੀ ਸੋ ਕਾਂਗਰਸ ਨੇ ਬਾਰਾ ਸਪੋਰਟ ਕੀਤੀ ਸੋ 10 ਮਹੀਨੇ ਲਛਮਣ ਸਿੰਘ ਗਿੱਲ ਜਿਹੜਾ ਹੈ ਪੰਜਾਬ ਦਾ ਮੁੱਖ ਮੰਤਰੀ ਰਿਹਾ ਤੇ ਉਹਦਾ ਨਾਰਾ ਹੁੰਦਾ ਸੀ ਗਿੱਲ ਔਰ ਨੈਲ ਕਿ ਜਾਂ ਹੁਣ ਗਿੱਲ ਰਾਜ ਕਰੇਗਾ ਨੈਲ ਇਥੇ ਕਿਸੇ ਨੇ ਉਹ ਨਹੀਂ ਕਰਨ ਦੇਣਾ ਚੋਣਾ ਹੋਈਆਂ ਬਾਅਦ ਪਰ ਉਹਨੇ ਦੋ ਕੰਮ ਬੜੇ ਚੰਗੇ ਕੀਤੇ ਬੜਾ ਲੰਬਾ ਸੈਸ਼ਨ ਅਸੈਂਬਲੀ ਦਾ ਚੱਲਿਆ ਪੰਜਾਬੀ ਨੂੰ ਸਟੇਟ ਭਾਸ਼ਾ ਬਣਾਇਆ ਕਾਂਗਰਸ ਬਾਹਰ ਬੈਠੀ ਸੀ ਉਹਨਾਂ ਦੀ ਮਜਬੂਰੀ ਸੀ ਜੀ ਕਿ ਭਈ ਉਹ ਸਪੋਰਟ ਕਰ ਦੇ ਕਿਉਂਕਿ ਅਕਾਲੀਆਂ ਦੀ ਸਰਕਾਰ ਉਹ ਦੁਬਾਰਾ ਨਹੀਂ ਸੀ ਬਣਨ ਦੇਣਾ ਚਾਹੁੰਦੇ ਤੇ ਦੂਸਰਾ ਪੰਜਾਬ ਦੇ ਵਿੱਚ ਲਿੰਕ ਰੋਡਸ ਥਾਂ ਥਾਈ ਜਿਹੜੇ ਪਿੰਡ ਨੇ ਉਹ ਕਸਬਿਆਂ ਨਾਲ ਕਸਬੇ ਸ਼ਹਿਰਾਂ ਨਾਲ ਜਾਂ ਪਿੰਡ ਸ਼ਹਿਰਾਂ ਨਾਲ ਇਹ ਲਿੰਕ ਰੋਡਸ ਦਾ ਸਟਰਕਚਰ ਜਿਹੜਾ ਇਹ ਲక్ష్మణ ਸਿੰਘ ਗਿੱਲ ਨੇ ਬਣਾਇਆ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1783 ਦੇ ਵਿੱਚ ਬ੍ਰਿਟਿਸ਼ ਨੇ ਨਿਊਯਾਰਕ ਤੋਂ ਆਪਣੀ ਅਖੀਰਲੀ ਪੋਸਟ ਕਢ ਲਈ ਜੀ ਤੇ ਇਸ ਤਰ੍ਹਾਂ ਅਮਰੀਕਾ ਜਿਹੜਾ ਰੈਵੋਲੂਸ਼ਨਰ ਇਸ ਦੇ ਹੱਥ ਆ 1867 ਚ ਅਲਫਰਡ ਨੋਬਲ ਨੇ ਡਾਇਨਾਮਾਈਟ ਨੂੰ ਪੇਟੈਂਟ ਕਰਾਇਆ ਹੀ ਨੋਬਲ ਐ ਜਨੇ ਬਾਅਦ ਆਪਣੀ ਸਾਰੀ ਦੌਲਤ ਦਿੱਤੀ ਕਿ ਨੋਬਲ ਪ੍ਰਾਈਸ ਜਿਹੜਾ ਹੁੰਦਾ ਹੈ ਅੱਜ ਕੱਲ ਪੀਸ ਦੇ ਲਈ ਲਿਟਰੇਚਰ ਦੇ ਲਈ ਸਾਇੰਸ ਮੈਡੀਸਨ కెਮਿਸਟਰੀ ਇਕਨੋਮਿਕਸ ਜੀ ਲਈ ਦਿੱਤੇ ਜਾਂਦੇ ਨੇ ਸੋ ਇਹ ਅਲਫਰਡ ਨੋਬਲ ਨੇ ਸਭ ਤੋਂ ਪਹਿਲਾਂ ਸ਼ਰਾਰਤ ਦਾ ਕੰਮ ਕਰਦੇ ਨੇ ਡਾਇਨਾਮਾਈਟ ਕੱਢਿਆ ਤਬਾਈ ਵਰ ਜੀ ਬਾਅਦ ਵੀ ਫਾਇਲੈਂਥਰੋਪਿਸਟ ਬਣ ਗਏ 1997 ਦੇ ਵਿੱਚ ਸਪੇਨ ਨੇ ਪੋਰਟੋ ਰਿਕੋ ਨੂੰ ਆਟੋਨੋਮੀ ਦਿੱਤੀ 1920 ਦੇ ਵਿੱਚ ਪਹਿਲੀ ਥੈਂਕਸਗਿਵਿੰਗ ਪੈਰੇਡ ਫਿਲਾਡਲਫੀਆ ਦੇ ਵਿੱਚ ਨਿਕਲੀ ਹੁਣ ਥਰਸਡੇ ਆ ਰਿਹਾ ਥੈਂਕਸਗਿਵਿੰਗ ਤੇਆਂ ਨੇ ਜਿਹੜੀ ਆ ਉਹ ਟਰਕੀ ਦੀ ਗਰਦਨ ਮਰੋੜਨੀ ਹੈ ਬਹੁਤ ਸਾਰਿਆਂ ਨੇ ਗੋਭੀ ਵਰਗੀ ਟਰਕੀ ਬਣਾ ਕੇ ਖਾਣੀ ਹੈ ਸ਼ਕਲੋਂ ਕਹਿਣਗੇ ਜੀ ਟਰਕੀ ਲੱਗਦੀ ਹੈ ਜੀ ਜੀ 1992 ਦੇ ਵਿੱਚ ਚੈਕੋਸਲੋਵਾਕੀਆ ਦੀ ਪਾਰਲੀਮੈਂਟ ਨੇ ਆ ਜਿਹੜਾ ਵੋਟਾਂ ਪਾ ਕੇ ਉਹਨਾਂ ਨੇ ਕਿਹਾ ਜੀ ਦੋ ਅੱਧ ਅੱਧ ਦੇਸ਼ ਹੋਣੇ ਚਾਹੀਦੇ ਨੇ ਅੱਜ ਹੁਣ ਅੱਧ ਦੇਸ਼ ਨੇ ਇੱਕ ਚੈੱਕ ਰਿਪਬਲਿਕ ਹੈ ਇੱਕ ਸਲੋਵਾਕੀਆ ਸੋ ਇਹ ਵਰਲਡ ਹਿਸਟਰੀ ਜੀ ਡਾਕਟਰ ਸਾਹਿਬਾ ਬਹੁਤ ਬਹੁਤ ਧੰਨਵਾਦ ਅਥਲੇ ਨੇ ਬ੍ਰੇਕ ਵੀਰ ਤੁਸੀਂ ਸਾਡਾ ਇਸਤਾਨ ਜੁੜੇ ਹੋ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ